ਨੌਜਵਾਨਾਂ ਦੇ ਉਜਵਲ ਭਵਿੱਖ ਲਈ ਮਾਂ ਪਿਓ ਆਪਣੇ ਦਿਲ ਤੇ ਪੱਥਰ ਰੱਖ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ, ਪਰ ਜਦ ਜਵਾਨ ਪੁੱਤ ਦੀ ਮੌਤ ਦੀ ਖਬਰ ਆਉਂਦੀ ਹੈ ਤਾਂ ਮਾਂ ਪਿਓ ਸਦਮਾ ਸਹਾਰ ਨਹੀਂ ਸਕਦੇ। ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਬਟਾਲਾ ਨਜ਼ਦੀਕੀ ਪਿੰਡ ਸਰਵਾਲੀ ਦਾ, ਜਿੱਥੇ ਕਿ ਨੌਜਵਾਨ ਸਰਦੂਲ ਸਿੰਘ ਦੀ ਕੈਨੇਡਾ 'ਚ ਹਾਰਟ ਅਟੈਕ ਨਾਲ ਮੌਤ ਹੋ ਗਈ, ਜਿਸ ਦੀ ਖਬਰ ਮਿਲਦੇ ਸਾਰ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਗੱਲਬਾਤ ਕਰਦੇ ਹੋਏ ਮ੍ਰਿਤਕ ਸਰਦੂਲ ਸਿੰਘ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਹੀ ਉਹਨਾਂ ਨੇ ਆਪਣੇ ਪੁੱਤਰ ਨੂੰ ਬੜੇ ਚਾਵਾਂ ਨਾਲ ਕੈਨੇਡਾ ਭੇਜਿਆ ਸੀ। ਉਹਨਾਂ ਦੱਸਿਆ ਕਿ ਬੀਤੇ ਦਿਨੀ ਉਹਨਾਂ ਨੂੰ ਸਰਦੂਲ ਦੇ ਦੋਸਤਾਂ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੇ ਪੁੱਤਰ ਨੂੰ ਹਾਰਟ ਅਟੈਕ ਆਇਆ ਹੈ ਅਤੇ ਉਸ ਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਸਰਦੂਲ ਸਿੰਘ ਹਜੇ ਕੁਆਰਾ ਸੀ ਅਤੇ ਘਰ ਦਾ ਛੋਟਾ ਅਤੇ ਲਾਡਲਾ ਪੁੱਤ ਸੀ। ਆਪਣੇ ਬੇਟੇ ਦੀ ਮੌਤ ਦੀ ਖਬਰ ਸੁਣ ਕੇ ਮਾਂ ਦਾ ਰੋ ਰੋ ਬੁਰਾ ਹਾਲ ਹੈ ਅਤੇ ਮਾਂ ਆਪਣੇ ਪੁੱਤ ਦਾ ਆਖਰੀ ਵਾਰ ਚਿਹਰਾ ਦੇਖਣ ਲਈ ਤਰਸ ਰਹੀ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਹੱਥੀਂ ਉਸ ਦੀਆਂ ਅੰਤਿਮ ਰਸਮਾਂ ਕਰ ਸਕਣ। ਉਹਨਾਂ ਨੂੰ ਹਾਰਟ ਅਟੈਕ ਨਾਲ ਹੀ ਉਹਨਾਂ ਦੀ ਡੈਥ ਹੋਈ ਹੈਗੀ ਹੈ ਅਤੇ ਆਪਾਂ ਇਹ ਚਾਹੁੰਦੇ ਹੈਗੇ ਹਾਂ ਕਿ ਜੋ ਕੁਛ ਹੋਣਾ ਸੀ ਉਹ ਤਾਂ ਘਟਨਾ ਘਟ ਗਈ ਹੈਗੀ ਹੈ ਅਤੇ ਆਪਾਂ ਉੱਥੇ ਤੱਕ ਪਹੁੰਚ ਨਹੀਂ ਸਕਦੇ ਹੈਗੇ। ਸਰਕਾਰ ਅੱਗੇ ਇਹੀ ਬੇਨਤੀ ਹੈਗੀ ਹੈ ਕਿ ਸਾਡੇ ਬੱਚੇ ਦੀ ਡੈੱਡ ਬੋਡੀ ਜਿਹੜੀ ਆ ਠੀਕ ਟਾਈਮ 'ਤੇ ਘਰ ਪਹੁੰਚ ਜਾਵੇ, ਅਸੀਂ ਉਹਨਾਂ ਦਾ ਮੂੰਹ ਦੇਖ ਸਕੀਏ ਅਤੇ ਆਤਮ ਲਾਸਟ ਜਿਹੜੀ ਹੈ ਆਪਣੀ ਪ੍ਰਕਿਰਿਆ ਉਹ ਪੂਰੀ ਕਰ ਸਕੀਏ। ਕਦੋਂ ਪਤਾ ਲੱਗਾ? ਸਾਨੂੰ 8 ਤਰੀਕ ਨੂੰ 9 ਤਰੀਕ ਨੂੰ 2 ਵਜੇ ਪਤਾ ਚੱਲਿਆ ਸੀ। ਹਾਂਜੀ, ਉੱਥੇ ਜਿਹੜੇ ਬੱਚੇ ਉਹਨਾਂ ਦੇ ਨਾਲ ਰਹਿੰਦੇ ਸੀ ਉਹਨਾਂ ਨਾਲ ਸਾਡਾ ਕੰਟੈਕਟ ਹੋਇਆ ਹੈਗਾ। ਉਹਨਾਂ ਨੇ ਜਾ ਕੇ ਫਿਰ ਜੋ ਕੁਛ ਵੀ ਜਿੱਥੇ ਰਹਿੰਦੇ ਹੈਗੇ ਸੀ ਉੱਥੋਂ ਦਾ ਪੂਰਾ ਵਿਵਰਾ ਲੈ ਕੇ ਸਾਨੂੰ ਖਬਰ ਕੀਤੀ ਹੈਗੀ ਇੱਦਾਂ ਇੱਦਾਂ ਹੋਇਆ। ਉਹ ਗਏ ਸੀ ਵਰਕ ਵਾਸਤੇ ਗਏ ਸੀ। ਹਾਂਜੀ, ਅਜੇ 6 ਮਹੀਨੇ ਹੋਏ ਸੀ ਉਹਨਾਂ ਨੂੰ ਗਿਆ ਨੂੰ। ਅਕਤੂਬਰ 8 ਤਰੀਕ ਨੂੰ ਇੱਥੋਂ ਗਏ ਸੀ। ਅਨਮੈਰਿਡ ਸੀ। ਸਰਕਾਰ ਨੂੰ ਆਪਾਂ ਇਹੀ ਬੇਨਤੀ ਕਰਦੇ ਹੈਗੇ ਹਾਂ ਕਿ ਜੋ ਸਾਡੇ ਨਾਲ ਘਟਨਾ ਘਟਣੀ ਸੀ ਉਹ ਤਾਂ ਵਾਪਰ ਗਈ ਹੈਗੀ, ਔਰ ਅਸੀਂ ਆਪਣੇ ਬੱਚੇ ਨੂੰ ਹੁਣ ਟਾਈਮ ਸਿਰ ਸਾਡੇ ਕੋਲ ਪਹੁੰਚੇ ਅਤੇ ਉਹਦੀ ਜੇ ਅਗਲੀ ਕਾਰਵਾਈ ਹੈਗੀ ਅਸੀਂ ਕਰ ਲਈਏ ਅਤੇ ਉਹਨਾਂ ਦਾ ਚਿਹਰਾ ਦੇਖ ਲਈਏ ਅਤੇ ਇਹੀ ਬੇਨਤੀ ਹੈਗੀ ਹੈ। ਸੁਖਿੰਦਰ ਸਿੰਘ ਗੱਲ ਹੈ ਜੀ, ਬੜੀ ਮਾੜੀ ਘਟਨਾ ਵਾਪਰੀ ਆ ਅਤੇ ਸਾਰੇ ਪਰਿਵਾਰ ਵਾਲਾ ਅਤੇ ਸਾਰੇ ਪਿੰਡ ਵਾਲੇ ਬੜੇ ਦੁੱਖ ਦਾ ਹੀ ਖਬਰ ਹੈ। ਸਾਡਾ ਭਤੀਜਾ ਹੀ ਲੱਗਦਾ ਸੀਗਾ ਸਰਦਾਰ ਸਰਦੂਲ ਸਿੰਘ, ਉਮਰ ਸਾਰੀ 25 ਸਾਲ ਆ ਅਤੇ ਕੈਨੇਡਾ ਗਿਆ ਪਹਿਲਾਂ ਡੁਬਈ ਰਿਹਾ 3 ਸਾਲ, ਹੁਣ ਵਰਕ ਪਰਮਿਟ 'ਤੇ ਗਿਆ ਸੀ ਕੈਨੇਡਾ ਅਤੇ ਇੱਥੇ ਚੇਅਰ ਹਾਰਟ ਅਟੈਕ ਦੀ ਜਿਹੜੀ ਆ ਬਹੁਤ ਹੋ ਗਈ। ਸਰਕਾਰ ਵੇਖੋ ਜੀ, ਅਸੀਂ ਸਾਡਾ ਜਿਹੜਾ ਐਮ ਪੀ ਹੈ ਸੰਨੀ ਦਿਓਲ, ਅਤੇ ਉਹਦੀ ਜਗ੍ਹਾ ਹੋਰ ਕੋਈ ਕੰਮ ਕਰਦਾ ਹੋ ਜਾਂ ਬਸ ਸੈਂਟਰ ਸਰਕਾਰ ਵੀ ਉਹ ਮੰਗ ਕਰਦੇ ਹਾਂ ਵੀ ਕੋਈ ਡੈੱਡ ਬਾਡੀ ਜਿਹੜੀ ਆ ਉਹ ਜਲਦੀ ਮੈਂ ਭਾਰਤ ਨੂੰ ਆਉਣ ਦੀ ਕਿਰਪਾਲਤਾ ਕੀਤੀ ਜਾਵੇ ਤਾਂ ਕਿ ਉਹਦੀ ਜਿਹੜੀ ਅੰਤਿਮ ਰਸਮਾਂ ਉਹ ਆਪਾਂ ਪੂਰੀਆਂ ਕਰ ਸਕੀਏ। ਪੰਜਾਬ ਸਰਕਾਰ 'ਚੋਂ ਜਿੰਨੀ ਹੈਲਪ ਕਰ ਸਾਰੇ ਪਰਿਵਾਰ ਦੀ ਕਰਨੀ ਚਾਹੀਦੀ, ਕੋਈ ਮਹਾਤਲ ਪਰਿਵਾਰ ਆ ਉਹ ਬੱਚੇ ਹੈਗੇ ਜੀ ਬਾਹਰ ਭੇਜੇ ਉਹ ਪਰਮਾਤਮਾ ਦੀ ਕੋਈ ਅਨਹੋਣੀ ਗੱਲ ਵਾਪਰ ਗਈ ਆ। ਬਾਕੀ ਅਸੀਂ ਆਪਣੇ ਪੰਜਾਬ ਸਰਕਾਰ ਤੋਂ ਅਤੇ ਭਾਰਤ ਸਰਕਾਰ ਤੋਂ ਇਹੋ ਮੰਗ ਕਰਦੇ ਹਾਂ ਵੀ ਸਾਡਾ ਬੇਟਾ ਵਾ ਸਵਰਗਵਾਸ ਹੋ ਗਿਆ, ਉਹਨੂੰ ਜਲਦੀ ਤੋਂ ਜਲਦੀ ਡੈੱਡ ਬਾਡੀ ਜਿਹੜੀ ਆ ਸਾਡੀ ਸਹਾਇਤਾ ਕੀਤੀ ਹੈ ਭਾਰਤ ਮੰਗਵਾਉਣ ਦੀ, ਤਾਂ ਕਰਕੇ ਅੰਤਿਮ ਰਸਮ ਜਿਹੜੀਆਂ ਵਾ ਪਰਿਵਾਰ ਉਹਦਾ ਚਿਹਰਾ ਵੇਖ ਸਕੇ ਆਖਰੀ ਵਾਰ,